ਅੱਜ ਸਪਾ ਸੈਂਟਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਤਾਬੜਤੋੜ ਛਾਪੇ ਮਾਰੇ ਗਏ। ਕਈ ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਲੁਧਿਆਣਾ ਦੇ ਦੁੱਗਰੀ ਰੋਡ, ਮਾਡਲ ਟਾਊਨ ਅਤੇ ਚੰਡੀਗੜ੍ਹ ਰੋਡ ਸਮੇਤ ਹੋਰਨਾਂ ਕਈ ਥਾਵਾਂ 'ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਔਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਵੱਖ-ਵੱਖ ਜ਼ੋਨਾਂ ਦੇ ਵਿੱਚ ਸਪਾ ਸੈਂਟਰਾਂ 'ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਹਾਲਾਂਕਿ ਉਹਨਾਂ ਨੇ ਅੰਕੜਿਆਂ ਦਾ ਜ਼ਿਕਰ ਨਹੀਂ ਕੀਤਾ, ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਜਾਂਚ ਕੀਤੀ ਜਾਵੇਗੀ। ਸਾਰੇ ਹੀ ਜ਼ੋਨਾਂ ਦੇ ਵਿੱਚ ਛਾਪੇਮਾਰੀ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਮਾੜੇ ਅਨਸਰਾਂ ਦੇ ਖਿਲਾਫ ਇਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਸਪਾ ਸੈਂਟਰਾਂ ਦੇ ਵਿੱਚੋਂ ਮੂੰਹ ਨੂੰ ਲੁਕੋ ਕੇ ਇਹ ਮੁੰਡੇ ਕੁੜੀਆਂ ਬਾਹਰ ਨਿਕਲਦੇ ਆ ਰਹੇ ਨੇ ਔਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦੱਸ ਦਈਏ ਕਿ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੰਦਾ ਇੱਥੇ ਲਗਾਤਾਰ ਚੱਲ ਰਿਹਾ। ਲੁਧਿਆਣਾ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਲੁਧਿਆਣਾ ਦੇ ਵਿੱਚ ਕਈ ਜਗ੍ਹਾ ਦੇ ਕਈ ਜਗ੍ਹਾ ਛਾਪੇਮਾਰੀ, ਕਿੰਨੀਆਂ ਕੁੜੀਆਂ, ਕਿੰਨੇ ਮੁੰਡੇ ਫੜਲੇ ਹੁਣ ਤੱਕ? ਅੱਜ ਲੁਧਿਆਣਾ 'ਚ ਕਈ ਜਗ੍ਹਾ ਛਾਪੇਮਾਰੀ, ਅਲੱਗ ਅਲੱਗ SP ਸਾਹਿਬ ਆਪਣੇ ਸ਼ੋਅ ਅਨੁਸਾਰ, ADCP 3 ਸਾਹਿਬ ਨੇ ਅਲੱਗ ਅਲੱਗ ਟੀਮਾਂ ਬਣਾਈਆਂ ਅਤੇ ਜਿਸ ਦੌਰਾਨ ਅਸੀਂ ਸਾਰੇ ਜ਼ੋਨ ਦੇ SHO ਚੌਂਕੀ ਇੰਚਾਰਜ ਮਿਲ ਕੇ ਅਲੱਗ ਅਲੱਗ ਸਪਾ ਸੈਂਟਰਾਂ 'ਤੇ ਰੇਡ ਕੀਤੀ ਹੈ ਜਿੱਥੇ ਗਲਤ ਨਜਾਇਜ਼ ਧੰਦੇ ਚੱਲ ਰਹੇ ਸੀ। ਹੁਣ ਕਿੰਨੇ ਆਣੇ ਇੱਥੋਂ? ਕਿੰਨੇ ਫੜੇ? ਹੁਣ ਇੱਥੋਂ 5 ਕੁੜੀਆਂ ਸੀ ਅਤੇ 1 ਮੁੰਡਾ ਸੀਗਾ, 1 ਸਪਾਈ ਵਾਲਾ ਸੀਗਾ, ਬਾਕੀ ਵੈਰੀਫਾਈ ਕਰਾਂਗੇ ਜੋ ਫੜਦੇ ਹੋ। ਸਰ, ਕੀ ਹਦਾਇਤ ਕੀ ਕੀਤੀ ਗਈ ਹੈ ਇਹਨਾਂ ਨੂੰ ਕਿ ਜੇਕਰ ਹਟਦੇ ਨਹੀਂ ਹੈਗੇ ਵਾਰ ਵਾਰ ਰੇਡਾਂ ਦੇ ਬਾਵਜੂਦ ਵੀ? ਇਹਨਾਂ ਨੂੰ ਹਦਾਇਤ ਕੀਤੀ ਗਈ ਹੈ ਜੀ ਵੀ ਜਿਹੜਾ ਮਾਹੌਲ ਜਿਹੜਾ ਲੁਧਿਆਣੇ ਸ਼ਹਿਰ ਦਾ ਉਹ ਖਰਾਬ ਨਾ ਕਰੋ ਜਿਹਦੇ ਨਾਲ ਕਿ ਨਵੇਂ ਕੁੜੀਆਂ ਮੁੰਡੇ ਖਰਾਬ ਹੋਣ। ਇਸ ਕਰਕੇ ਅਸੀਂ ਅੱਗੇ ਵੈਰੀਫਾਈ ਕਰਾਂਗੇ ਜੋ ਬਣਦੀ ਕਾਰਵਾਈ ਉਹ ਕਰਾਂਗੇ। ਮਾਲਕ ਦੇ ਖਿਲਾਫ਼ ਜ਼ਰੂਰ ਕੀਤੀ ਜਾਏਗੀ ਜੀ। ਫਿਲਹਾਲ ਤਾਂ ਸਾਨੂੰ ਮਾਲਕ ਇੱਥੇ ਲੱਭਿਆ ਨਹੀਂ, ਵੈਰੀਫਾਈ ਕਰਾਂਗੇ ਜੋ ਮਾਲਕ ਹੋਊਗਾ। ਲੁਧਿਆਣੇ ਪੂਰੇ ਜੋ ਛਾਪੇਮਾਰੀ ਪੂਰੇ ਲੁਧਿਆਣੇ 'ਚ ਜੀ ਵੱਖ ਵੱਖ ਜਗ੍ਹਾ 'ਤੇ CP ਸਾਹਿਬ ਦੀ ਹਦਾਇਤ ਸੀਗੀ ਜਿਹੜਾ ਇਹ ਗਲਤ ਕੰਮ ਚੱਲ ਰਿਹਾ ਜਿਹੜੇ ਉੱਥੇ ਉੱਥੇ ਕਾਰਵਾਈ ਕਰੀ। ਸਰ, CP ਸਾਹਿਬ ਨੇ ਕਿਹਾ ਕੈਮਰਾ ਜਾਂ ਰਜਿਸਟਰ ਜਿਹੜੇ ਨੇ ਮੇਨਟੇਨ ਕਰਨੇ ਜ਼ਰੂਰੀ ਹੋਣਗੇ, ਲੱਗਦਾ ਕਿ ਰਜਿਸਟਰ ਵੈਸੇ ਤਾਂ ਲੱਗਿਆ ਹੋਇਆ ਸੀਗਾ ਜੀ, ਜੋ ਅਸੀਂ ਇੱਥੇ ਦੇਖਿਆ ਰਜਿਸਟਰ ਲੱਗਿਆ ਹੋਇਆ ਸੀਗਾ। ਅਸੀਂ ਹੁਣ DVR ਵੀ ਆਪਣੇ ਕਬਜ਼ੇ 'ਚ ਲਿਆ ਅਤੇ ਜੋ ਅਸੀਂ ਬਾਕੀ ਵੀ ਪਹਿਲਾ ਰਿਕਾਰਡ ਵੀ ਇਹਨਾਂ ਦਾ ਚੈੱਕ ਕਰਾਂਗੇ ਵੀ ਕੋਈ ਰਜਿਸਟਰ ਮੇਨਟੇਨ ਕਰਦੇ ਸੀ ਕਿ ਨਹੀਂ ਕਰਦੇ ਸੀ। ਕੀਤੀ ਜਾ ਰਹੀ ਖਾਸ ਕਰ ਸਪਾ ਸੈਂਟਰਾਂ 'ਤੇ ਸਰ, ਪੂਰੇ ਸ਼ਹਿਰ ਦੇ ਵਿੱਚ ਇਹ ਰੇਟ ਚੱਲ ਰਹੀ ਹੈ? ਇੱਕ ਅੱਜ ਜੋ ਲੁਧਿਆਣਾ ਪੁਲਿਸ, ਜਿਵੇਂ ਤੁਹਾਨੂੰ ਪਤਾ ਹੈ, ਮਾਨਯੋਗ CP ਸ਼੍ਰੀ ਕੁਲਦੀਪ ਸਿੰਘ ਚਹਿਲ ਜੀ, DCP ਸ਼੍ਰੀ ਜਸਕਰਨਜੀਤ ਸਿੰਘ ਤੇਜਾ ਜੀ ਅਤੇ SP ਸਾਹਿਬ ADCP 3 ਸ਼੍ਰੀ ਸ਼ੁਭਮ ਅਗਰਵਾਲ ਜੀ, ਉਹਨਾਂ ਦੀ ਹਦਾਇਤਾਂ ਨੇ ਕਿ ਆਪਾਂ ਸਾਰਾ ਜੋ ਕ੍ਰਾਈਮ ਫਰੀ ਰੱਖਣਾ ਹੈ ਅਤੇ ਸੁਚੱਜੇ ਢੰਗ ਨਾਲ ਸ਼ਹਿਰ ਨੂੰ ਆਪਾਂ ਚਲਾਉਣਾ, ਉਸੇ ਤਹਿਤ ਇੱਕ ਸਪੈਸ਼ਲ ਓਪਰੇਸ਼ਨ ਚਲਾਇਆ ਗਿਆ। ਕਾਫ਼ੀ ਕੰਪਲੇਂਟ ਸੀਗੀਆਂ ਕਿ ਜੋ ਸਪਾ ਸੈਂਟਰਾਂ ਦੀ ਆੜ 'ਚ ਜਿਸਮ ਫਰੋਸ਼ੀ ਦਾ ਕੰਮ ਅਤੇ ਜੋ ਕਿ ਹੋਰ ਮਤਲਬ ਜੋ ਆਪਾਂ ਕਹਿੰਦੇ ਹਾਂ ਮਾੜੇ ਕੰਮ ਚੱਲ ਰਹੇ ਸੀਗੇ, ਤਾਂ ਉਹਨਾਂ ਨੂੰ ਹੱਥ ਪਾਉਣ ਲਈ ਅੱਜ ਇੱਕ ਵੱਡੇ ਲੈਵਲ 'ਤੇ ਸਪੈਸ਼ਲ ਓਪਰੇਸ਼ਨ ਚਲਾਇਆ ਗਿਆ ਸੀ, ਤਾਂ ਉਸੇ ਤਹਿਤ ਹੀ ਰੇਡਸ ਕੀਤੀਆਂ ਜਾ ਰਹੀਆਂ। ਹਾਲੇ ਜੀ ਓਪਰੇਸ਼ਨ ਚੱਲ ਰਿਹਾ, ਮੈਂ ਹਾਲੇ ਤੁਹਾਨੂੰ ਕੋਈ ਡਿਟੇਲ ਹੋਰ ਰਿਵੀਲ ਨਹੀਂ ਕਰਨਾ ਚਾਹੂੰਗਾ। ਜਦੋਂ ਓਪਰੇਸ਼ਨ ਕੰਪਲੀਟ ਹੋ ਜਾਏਗਾ ਤਾਂ ਵਿਦ ਆਲ ਦੀ ਡਿਟੇਲਸ ਐਵਰੀਥਿੰਗ ਤੁਹਾਨੂੰ ਡਿਟੇਲ ਬਰੀਫਿੰਗ ਅਸੀਂ ਕਰਾਂਗੇ। ਹਾਲੇ ਮੈਂ ਉਹੀ ਕਹਿ ਰਿਹਾ ਜੀ, ਹਾਲੇ ਅੰਡਰ ਪ੍ਰੋਸੈਸ ਹੈ, ਚੱਲ ਰਿਹਾ। ਮੈਂ ਇਸ ਲਈ ਕੋਈ ਵੀ ਅੰਡਰ ਇਨਵੈਸਟੀਗੇਸ਼ਨ ਵਾਲੀ ਡਿਟੇਲ ਓਪਰੇਸ਼ਨ ਦੀ ਰਿਵੀਲ ਨਹੀਂ ਕਰੂੰਗਾ। ਹਾਲੇ ਅਸੀਂ ਪੂਰੇ ਜ਼ੋਨ ਦੀ ਜੋ ਹੈ ਲੁਧਿਆਣਾ ਜ਼ੋਨ 3 ਦੀ ਜਿਹੜੀ ਸਾਰੀ ਪੁਲਿਸ ਹੈ ਇਸ 'ਤੇ ਲੱਗੀ ਹੋਈ ਹੈ। ਸਰ, ਕਿਹਾ ਜਾ ਸਕਦਾ ਦੋ ਜਗ੍ਹਾ 'ਤੇ ਹੋਈ, ਇਸ ਦੀ ਕੋਈ ਥੋੜ੍ਹੀ ਜਿਹੀ ਜਾਣਕਾਰੀ ਮਿਲ ਸਕਦੀ ਹੈ? ਕਿਉਂਕਿ ਆਮ ਤੌਰ 'ਤੇ ਲੁਧਿਆਣਾ ਮਲਟੀਪਲ ਪਲੇਸਿਸ 'ਤੇ ਹੋਈ ਹੈ ਜੀ, ਮਲਟੀਪਲ ਪਲੇਸਿਸ 'ਤੇ ਰੇਡ ਹੋਏ ਨੇ। ਐਂਡ ਮੈਂ ਦੱਸ ਰਿਹਾ ਤੁਹਾਨੂੰ ਓਪਰੇਸ਼ਨ, ਚਲੋ ਤੁਸੀਂ ਇੱਥੇ ਹੋ, ਆਈ ਐਮ ਬਰੀਫਿੰਗ ਯੂ, ਬਟ ਅੰਡਰ ਪ੍ਰੋਸੈਸ ਹੈ, ਇਸ ਲਈ ਮੈਂ ਕੋਈ ਡਿਟੇਲ ਰਿਵੀਲ ਨਹੀਂ ਕਰੂੰਗਾ। ਜਿਵੇਂ ਹੀ ਕੰਪਲੀਟ ਹੋ ਜਾਂਦਾ ਵਿਦ ਆਈ ਅਸ਼ੋਰ ਯੂ ਕਿ ਪੂਰੀ ਬਰੀਫਿੰਗ ਵੀ ਕਰਾਂਗੇ ਔਰ ਤੁਹਾਨੂੰ ਸਾਰੀ ਡਿਟੇਲ ਵੀ ਪ੍ਰੋਵਾਈਡ ਕਰਾਂਗੇ ਵਟ ਐਵਰ ਦੀ ਲੀਗਲ ਐਕਸ਼ਨ ਇਸ ਟੇਕਨ ਅਗੇਂਸਟ।
ਮੈਂ ਜਿਵੇਂ ਕਿ ਕਿਹਾ ਅਸੀਂ ਆਪਾਂ ਸ਼ਹਿਰ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾਉਣਾ ਸੀ ਪੀ ਲੁਧਿਆਣਾ ਨੂੰ, ਤਾਂ ਉਹਦੇ ਲਈ ਜੋ ਵੀ ਰੇਡਸ ਕਰਨੀਆਂ ਪਈਆਂ, ਸਪੈਸ਼ਲ ਓਪਰੇਸ਼ਨ ਕਰਨੇ ਪਏ, ਅਸੀਂ ਜ਼ਰੂਰ ਕਰਾਂਗੇ। ਥੈਂਕ ਯੂ।